ਦਸਮਨ ਨਿਊਜ਼ ਵੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਪੇਦ ਮਲਹੋਤਰਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਵਿੱਚ ਅਗਰ ਦਮ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਕਾਰਵਾਈ ਕਰੋ ਤੇ ਵਿਜੀਲੈਂਸ ਦੀਆਂ ਟੀਮਾਂ ਮੋਤੀ ਮਹਿਲ ਭੇਜੋ ਤੇ ਇਸ ਤੋਂ ਬਾਅਦ ਜਿਹੜਾ ਹੁਣ ਸਿਆਸਤ ਜਿਹੜੀ ਹੈ ਉਹ ਗਰਮੌਂਦੀ ਹੋਈ ਨਜ਼ਰ ਆ ਰਹੀ ਹੈ। ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਕਿ ਆਖਰ ਸਿਨੈਰੀਓ ਜਿਹੜੀ ਪੰਜਾਬ ਦੀ ਰਾਜਨੀਤੀ ਦਾ ਉਹ ਕਿੱਧਰ ਜਾ ਰਿਹਾ ਹੈ। ਸਾਡੇ ਨਾਲ ਸਾਡੇ ਸੀਨੀਅਰ ਐਡੀਟਰ ਤਰਲੋਚਨ ਸਿੰਘ ਜੀ ਨਾਲ ਨੇ ਤਰਲੋਚਨ ਜੀ ਕੀ ਲੱਗਦਾ ਹੈ ਇਸ ਵਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਿੱਧਾ-ਸਿੱਧਾ ਵੱਡਾ ਹਮਲਾ ਜਿਹੜਾ ਉਹ ਮਾਨ ਸਰਕਾਰ ਤੇ ਜਿਹੜਾ ਉਹ ਸਾਧਿਆ ਗਿਆ ਤੇ ਉਹ ਜਿਵੇਂ ਕਿ ਲਗਾਤਾਰ ਅਸੀਂ ਦੇਖ ਰਹੇ ਕਿ ਕਾਂਗਰਸ ਦੇ ਮੰਤਰੀ ਸਾਬਕਾ ਤੇ ਵਿਧਾਇਕ ਜਿਹੜੇ ਨੇ ਉਸ ਇਲਾਕਾ ਪਿੱਛੇ ਸੁੱਟੇ ਜਾ ਰਹੇ ਨੇ ਉਸ ਤੋਂ ਬਾਅਦ ਇਹ ਬਿਆਨ ਆਣਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਕਸੀਟਨਾ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਦੇਖੋ ਬੜਾ ਇੰਟਰਸਟਿੰਗ ਹੈ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਨੇ ਉਹਨਾਂ ਵੱਲੋਂ ਜਿਹੜਾ ਇਹ ਬਹੁਤ ਵੱਡਾ ਬਿਆਨ ਧਮਕੀ ਸਾਰਾ ਕੁਝ ਕਹਿ ਲਿਆ ਕੀਤਾ ਉਹਦੇ ਅਰਥ ਇੱਕੋ ਨਹੀਂ ਹੈ ਇਹੀ ਨਹੀਂ ਕੱਲਾ ਵੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੰਗਾ ਰਿਆ ਉਹਦੇ ਵਿੱਚੋਂ ਤੇ ਕਿਤੇ ਇਦਾਂ ਵੀ ਨਿਕਲਦਾ ਵੀ ਸ਼ਾਇਦ ਉਹਨਾਂ ਨੇ ਕਿਹਾ ਵੀ ਪਿਛਲੀ ਜਿਹੜੀ ਸਾਡੀ ਸਰਕਾਰ ਹੈ ਕਾਂਗਰਸ ਦੀ ਉਹਦੇ ਵਿੱਚ ਜਿਹੜੇ ਘਪਲੇ ਹੋਏ ਉਹਨੂੰ ਚੰਗੀ ਤਰ੍ਹਾਂ ਉਜਾਗੜ ਕੀਤਾ ਜਾਵੇ ਉਦਾਹਰਨ ਦੇ ਤੌਰ ਤੇ ਆ ਇਹਨੇ ਬਾਜਵਾ ਸਾਹਿਬ ਨੇ ਉਹਨਾਂ ਨੇ ਪਹਿਲਾਂ ਤੇ ਇਹ ਗੱਲ ਕਹੀ ਬੜੇ ਉਹਨਾਂ ਦੇ ਸ਼ਬਦ ਬੜੇ ਜ਼ਬਰਦਸਤ ਹੁੰਦੇ ਉਹ ਕਹਿੰਦੇ ਵੀ ਭਗਵੰਤ ਸਿੰਘ ਮਾਨ ਸਾਹਿਬ ਤੁਹੀ ਸਾਡੇ ਕੱਲੇ-ਕੱਲੇ ਮੰਤਰੀ ਜਾਂ ਲੀਡਰ ਨੂੰ ਫੜ ਰਹੇ ਜੇ ਜੇ ਤੁਹਾਡੇ 'ਚ ਹਿੰਮਤ ਹੈ ਉਹਨਾਂ ਨੇ ਵੰਗਾਰਿਆ ਵੀ ਜੇ ਤੁਹਾਡੇ 'ਚ ਹਿੰਮਤ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਹੱਥ ਪਾਇਆ ਜਾਵੇ ਔਰ ਨਾਲ ਦੀ ਨਾਲ ਇਹ ਗੱਲ ਕਹਿ ਦਿੱਤੀ ਵੀ ਜੇ ਇੰਨੀ ਜੁਰਤ ਹੈ ਤੁਹਾਡੇ ਕੋਲ ਤੇ ਫਿਰ ਕੈਪਟਨ ਦੇ ਪਟਿਆਲਾ ਸਥਿਤ ਮੋਤੀ ਮਹਿਲ 'ਚ ਰੇਡ ਕੀਤਾ ਜਾਵੇ ਨਾਲ ਦੀ ਨਾਲ ਅੱਗੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਬਈ ਜਿਹੜਾ ਮੋਤੀ ਮਹਿਲ ਹੈ ਇਹ ਕਾਂਗਰਸ ਤੋਂ ਬਿਨਾ ਇਹਦਾ ਕੋਈ ਵजूद ਹੀ ਨਹੀਂ ਪ੍ਰਤਾਪ ਬਾਜਵਾ ਹੁਣਾਂ ਦਾ ਦੋ ਗੱਲਾਂ ਨੇ ਜੜੀਆਂ ਤਾਂ ਪੰਜੇ ਜਿਹੜੀ ਮੈਂ ਕਹੀ ਹੈ ਇੱਕ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੰਗਾਰਿਆ ਉਹਨਾਂ ਨੇ ਬਈ ਜੇ ਜੁਰਤ ਹੈ ਤੇ ਉਹਨਾਂ ਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਬੜੀ ਵੱਡੀ ਜਿਹੜੀ ਪਰਸਨੈਲਿਟੀ ਉਹਨੂੰ ਹੱਥ ਪਾਇਆ ਜਾਵੇ ਉਹ ਦੂਸਰਾ ਸ਼ਾਇਦ ਉਹ ਇਹ ਕਹਿਣਾ ਚਾਹੁੰਦੇ ਨੇ ਵੀ ਜਿਹੜੀ ਪਿਛਲੀ ਸਾਡੀ ਸਰਕਾਰ ਸੀ ਕਾਂਗਰਸ ਦੀ ਉਹਦੇ ਵਿਚਲੇ ਜਿੰਨੇ ਘਪਲੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਉਹ ਉਭਾਰਿਆ ਜਾਵੇ ਬਿਲਕੁਲ ਤਰਲੋਚਨ ਜੀ ਜੇਕਰ ਦੇਖਿਆ ਜਾਏ ਤਾਂ ਮੇਰਾ ਸਵਾਲ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਿਉਂ ਸ਼ਾਮਲ ਕਰਦੇ ਪਏ ਨੇ ਕੀ ਕਾਰਨ ਲੱਗਦੇ ਨੇ ਇਹਦੇ ਪਿੱਛੇ ਕਿਉਂਕਿ ਮਾਨ ਤਾਂ ਪਹਿਲੇ ਕਹਿ ਚੁੱਕੇ ਨੇ ਕਿ 10-12 ਮੰਤਰੀਆਂ ਦੇ ਉੱਪਰ ਕਾਰਵਾਈ ਹੋਣੀ ਹੈ ਤੇ ਉਹ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਫਾਈਲਾਂ ਦੀ ਗੱਲ ਕੀਤੀ ਸੀ ਉਹਨਾਂ ਨੂੰ ਜਾ ਕੇ ਪੁੱਛਿਆ ਜਾ ਉਹਨਾਂ ਨੇ 3400 ਕਰੋੜ ਦੀ ਵੀ ਘੁਟਾਲੇ ਦੀ ਕੋਈ ਗੱਲ ਕੀਤੀ ਹੈ ਯਾਨੀ ਕਿ ਮਾਨ ਸਰਕਾਰ ਤਾਂ ਪਹਿਲੇ ਕਾਰਵਾਈ ਕਰਦੀ ਪਈ ਹੈ ਫਿਰ ਕੈਪਟਨ ਦਾ ਨਾਮ ਵਿੱਚ ਕਿਉਂ ਪ੍ਰਤਾਪ ਸਿੰਘ ਬਾਜਵਾ ਲੈ ਰਹੇ ਨੇ ਦੇਖੋ ਪਹਿਲੀ ਗੱਲ ਤੇ ਤਾਂ ਪੰਜ ਸਾਨੂੰ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਤੇ ਇਹ ਇਹ ਵੀ ਚਰਚਾ ਕਰਨ ਦੀ ਲੋੜ ਹੈ ਵੀ ਇਹ ਕਿਦਾਂ ਨਿਤ ਦਿਨ ਰੰਗ ਬਦਲਦੇ ਨੇ ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡੇ ਕ੍ਰਾਈਸਿਸ ਸਨ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਦੇ ਵਿਰੁੱਧ ਬਹੁਤ ਵੱਡਾ ਇੱਕ ਬਗਾਵਤ ਸ਼ੁਰੂ ਕੀਤੀ ਸਤਜਨਜੀ ਚੰਨੀ ਹੋਣਾ ਨੇ ਤ੍ਰਿਪ ਤਰ ਰਜਿੰਦਰ ਬਾਜਵਾ ਨੇ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਜਿੰਨੇ ਸਾਰੇ ਲੀਡਰ ਸੀ ਔਰ ਜਦੋਂ ਐ ਸਿਖਰ ਤੇ ਹੀ ਲੱਗਦਾ ਇਹ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਖ ਸਰਕਾਰਿਆ ਇਹਨਾਂ ਸਾਰਿਆਂ ਨੇ ਘੇਰ ਲਿਆ ਤੇ ਚੁੱਪਚੀਪੀਤੇ ਇੱਕ ਸ਼ਾਮ ਨੂੰ ਅ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਗੱਡੀ ਜਿਹੜੀ ਆ ਸਿਸਵਾ ਫਾਰਮ ਹਾਊਸ ਦੇ ਅੰਦਰ ਜਾਂਦੀ ਹੈ ਤੇ ਉੱਥੇ ਅ ਬਾਜਵਾ ਸਾਹਿਬ ਮੀਟਿੰਗ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਬਕਾਇਦਾ ਉਸ ਮੀਟਿੰਗ ਦੀਆਂ ਫੋਟੋਆਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਰੇ ਦੱਸਿਆ ਜਾਂਦਾ ਵੀ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਤੇ ਖੜ ਗਏ ਨੇ ਬੜੇ ਰੌਲੇ ਪਏ ਸੀ ਬੜੀ ਚਰਚਾ ਹੋਈ ਉਦੋਂ ਵੀ ਉਹ ਪ੍ਰਤਾਪ ਤੇ ਉਹ ਕੈਪਟਨ ਜਿਹੜੇ ਕਿਸੇ ਵੇਲੇ ਬਹੁਤ ਕੱਟੜ ਦੁਸ਼ਮਣ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸੀ ਤੇ ਬਾਜਵਾ ਸਾਹਿਬ ਨੂੰ ਠਿੱਬੀ ਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਟੇਲ ਲਾਤਾ ਸੀ ਤੇ ਉਹਦੇ ਵਿੱਚ ਕਾਮਜਾਬ ਵੀ ਹੋਏ ਸੀ ਬਿਲਕੁਲ ਪੈਰ ਲੱਗਣ ਵੀ ਨਹੀਂ ਦਿੱਤੇ ਸੀ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਲੰਬੇ ਸਮੇਂ ਤੱਕ ਬਿਲਕੁਲ ਤੇ ਉਸ ਤੋਂ ਬਾਅਦ ਅ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵਿੱਚ ਪੂਰੀ ਲੜਾਈ ਚੜਦੀ ਰਹੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਚਿਰ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਬਾਜਵਾ ਦੂਜੇ ਤੀਜੇ ਦਿਨ ਇੱਕ ਲੰਬਾ ਪਰਚਾ ਲੈ ਕੇ মিডিਆ ਦੇ ਸਾਹਮਣੇ ਆਉਂਦੇ ਸੀ ਔਰ ਕਹਿੰਦੇ ਸੀ big captain ਸਾਹਿਬ ਨੂੰ ਮੈਂ ਬਾਧੇ ਯਾਦ ਕਰਾਉਣਾ ਚਾਹੁੰਦਾ ਜੇ ਬਾਧੇ ਨਾ ਪੂਰੇ ਕੀਤੇ ਤੇ ਪੰਜਾਬ ਦੇ ਲੋਕਾਂ ਨੇ 2022 ਦੀ ਇਲੈਕਸ਼ਨ ਚ ਆਪਣੀਆਂ ਗਲੀਆਂ ਚ ਬਾਜ਼ਾਰਾਂ ਚ ਪਿੰਡਾਂ ਚ ਨਹੀਂ ਵੰਡ ਦੇਣਾ ਚਲੋ ਉਹ ਦੌਰ ਚੱਲ ਗਿਆ ਹੁਣ ਗੱਲ ਇੱਥੇ ਆਈ ਹੈ ਵੀ ਇਹ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਭਗਵੰਤ ਸਿੰਘ ਮਾਨ ਨੂੰ ਕਿਉਂ ਵੰਗਾ ਰਿਆ ਦੇਖੋ ਵੰਗਾਰਨ ਦਾ ਉਹਨਾਂ ਨੇ ਕਿਹਾ 3400 ਕਰੋੜ ਰੁਪਏ ਦਾ ਘਪਲਾ ਜਿਹੜਾ ਆ ਉਹ ਜਗ ਜਹਰ ਹੋ ਜਾਊਗਾ ਜੇ ਭਗਵੰਤ ਸਿੰਘ ਮਾਨ ਹਿੰਮਤ ਕਰਨ ਮੋਤੀ ਮਹਿਲ ਤੇ ਰੇਡ ਕਰਨ ਪਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਬਾਜਵਾ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਉਹਨਾਂ ਦੀ ਗੱਦੀ ਖੋਲੀ ਸੀ ਤੇ ਉਹਨਾਂ ਦੀ ਥਾਂ ਤੇ ਚਰਨ ਦੀ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਚੀਕ-ਚੀਕ ਕੇ ਇੱਕ ਗੱਲ ਕਹੀ ਸੀ ਵੀ ਮੈਂ ਤੇ ਮੇਰੇ ਜਿਹੜੇ ਕੈਬਨਿਟ ਦੇ ਕਰਪਟ ਲੀਡਰ ਸੀ ਉਹ ਮਾਈਨਿੰਗ ਦੇ ਹੋ ਸਕਦੇ ਨੇ ਜਿਹੜੇ ਮਾਈਨਿੰਗ ਕਰਦੇ ਸੀ ਉਹਨਾਂ ਨੇ ਤਾਂ ਇੱਥੋਂ ਦਾ ਕਿਹਾ ਸੀ ਵੀ ਮੰਤਰੀ ਤੇ ਕਈ ਵਿਧਾਇਕ ਭ੍ਰਿਸ਼ਟਾਚਾਰ ਤੇ ਲਿਫਟ ਸੀ ਤੇ ਉਹ ਉਹਨਾਂ ਦੀਆਂ ਫਾਈਲਾਂ ਲੈ ਕੇ ਮੈਡਮ ਸੋਨੀਆ ਗਾਂਧੀ ਕੋਲ ਗਏ ਸੀ ਵੀ ਇਹਨਾਂ ਦਾ ਬੀਬੀ ਜੀ ਕੀ ਕਰੀਏ ਕਰਪਸ਼ਨ ਬਹੁਤ ਘਾਰੇ ਨੇ ਤੇ ਬੀਬੀ ਜੀ ਨੇ ਨਾਂ ਚ ਸਿਰ ਹਲਾਤਾ ਸੀ ਵੀ ਮੈਂ ਉਹਨਾਂ ਦਾ ਫਿਰ ਕੀਤਾ ਕੁਛ ਨਹੀਂ ਸ਼ਾਇਦ ਹੁਣ ਪ੍ਰਤਾਪ ਸਿੰਘ ਬਾਜਵਾ ਹੋਣੀ ਇਹ ਚਾਹੁੰਦੇ ਨੇ ਵੀ ਭਗਵੰਤ ਸਿੰਘ ਮਾਨ ਹਿੰਮਤ ਕਰਨ ਹੌਸਲਾ ਕਰਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਤੇ ਜਾ ਕੇ ਤੇ ਰੇਡ ਕਰਵਾ ਕੇ ਤੇ ਜਿਹੜੀਆਂ ਉਹ ਸੋਨੀਆ ਗਾਂਧੀ ਨੂੰ ਫਾਈਲਾਂ ਸੌਂਪੀਆਂ ਸੀ ਉਹ ਫਾਈਲਾਂ ਲੈ ਕੇ ਤੇ ਉਹਨਾਂ ਦੀ ਪੜਤਾਲ ਕਰਨ ਤੇ ਫਿਰ ਤੇ ਤਪੰਜੇ ਲੱਗਦਾ ਵੀ ਭਗਵੰਤ ਸਿੰਘ ਮਾਨ ਉਹਨਾਂ ਦਾ ਕਥਨ ਸੱਚਾ ਸਾਬਤ ਹੋਊਗਾ ਉਹਨਾਂ ਨੇ ਕਿਹਾ ਵੀ ਹਾਲੇ ਤੇ ਤਿੰਨ ਕੇ ਮੇਰੇ ਅੜਿੱਕੇ ਆਏ ਆ ਹਾਲੇ ਤੇ ਕਈ ਮੰਤਰੀ ਮੇਰੇ ਰਡਾਰ ਤੇ ਨੇ ਤੇ ਇਹਦਾ ਮਤਲਬ ਇਹ ਹੈ ਵੀ ਜੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਮੋਤੀ ਮਹਿਲ ਤੇ ਰੇਡ ਹੋ ਗਿਆ ਤੇ ਜਿਹੜੀਆਂ ਬੀਬੀ ਸੋਨੀਆ ਗਾਂਧੀ ਨੂੰ ਫਾਈਲਾਂ ਭੇਡੀਆਂ ਸੀ ਦੱਸਿਆ ਸੀ ਵੀ ਇਹ ਫਾਈਲਾਂ ਵਿੱਚ ਇੰਨੇ ਵੱਡੇ ਪੱਧਰ ਤੇ ਕਰਪਸ਼ਨ ਹੋਈ ਹੈ ਤੇ ਜੇ ਉਹ ਫਾਈਲਾਂ ਭਗਵੰਤ ਮਾਨ ਦੀ ਜਿਹੜੀ ਵਿਜੀਲੈਂਸ ਅੱਜ ਕੱਲ ਬਹੁਤ ਐਕਟਿਵ ਹੈ ਜੇ ਉਹਨਾਂ ਦੇ ਹੱਥ ਆ ਗਈ ਤੇ ਫਿਰ ਲੱਗਦਾ ਨਹੀਂਗਾ ਵੀ ਇਹ ਪਰਤਾਂ ਬਹੁਤ ਵੱਡੇ ਪੱਧਰ ਤੇ ਖੁੱਲ ਜਾਣਗੀਆਂ ਸੋ ਇਹ ਪ੍ਰਤਾਪ ਬਾਜਵਾ ਹੋਣਾ ਦਾ ਇਹ ਬਿਆਨ ਜਿਹੜਾ ਆ ਇਹ ਬੰਗਾਰ ਤੇ ਹੈ ਹੀ ਹੈ ਭਗਵੰਤ ਮਾਨ ਸਿੰਘ ਨੂੰ ਪਰ ਭਗਵੰਤ ਸਿੰਘ ਮਾਨ ਨੂੰ ਜਿਹੜੀ ਬੰਗਾਰ ਕੀਤੀ ਹੈ ਉਰ ਅਰਥ ਕੀ ਨਿਕਲੂਗਾ ਇਹਦੇ ਤੇ ਜ਼ਰੂਰ ਕਈ ਤਰ੍ਹਾਂ ਦੀ ਚਰਚਾ ਚੱਲੀ ਜੀ ਵੀ ਕਾਰਨ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਲੱਗਦਾ ਕਿ ਮੈਂ ਪੂਰੀ ਲੜਾਈ ਲੜਦਾ ਰਿਆ ਜਿਵੇਂ ਕਿ ਜ਼ਿਕਰ ਵੀ ਕੀਤਾ ਤੁਸੀਂ ਵੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ 5 ਸਾਲ ਪੂਰੇ ਰਾਜ ਭਾਗ ਵੇਖਿਆ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਉਸ ਤੋਂ ਬਾਅਦ ਜਦੋਂ ਪਾਰਟੀ ਛੱਡੀ ਤੇ ਅੱਜ ਜਿਹੜੇ ਮੰਤਰੀ ਉਸ ਕੈਬਨਟ ਦੇ ਸੀਗੇ ਉਹ ਤਾਂ ਸਲਾਖਾ ਪਿੱਛੇ ਪਹੁੰਚਦੇਵੇਂ ਤੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਆਪਣੇ ਮਹਿਲ ਦੇ ਵਿੱਚ ਬੜੇ ਆਰਾਮ ਨਾਲ ਜਾਂ ਸਿਸਵਾ ਆਪਣੇ ਫਾਰਮ ਦੇ ਉੱਪਰ ਰਹਿੰਦੇ ਪਏ ਨੇ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਠੀਕ ਹੋ ਜਾਣਗੇ ਜਿਵੇਂ ਕਿ ਉਹਨਾਂ ਦਾ ਆਪਰੇਸ਼ਨ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਭਾਜ ਭਾ ਗਵਰਨਰ ਲਾ ਦੂਗੀ ਇਦਾਂ ਦੀਆਂ ਕਿਆਸ ਰਹੀਆਂ ਚੱਲਦੀਆਂ ਪਈਆਂ ਇਹ ਕਾਰਨ ਵੀ ਹੋ ਸਕਦਾ ਮੈਨੂੰ ਲੱਗਦਾ ਬਹੁਤ ਵੱਡਾ ਦੇਖੋ ਇਹਦੇ ਅਰਥ ਤੇ ਪ੍ਰਤਾਪ ਬਾਜਵਾਣੀ ਖੁਦ ਜਾਣਦੇ ਨੇ ਪਰ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਆ ਉਹਦੇ ਚੋਂ ਇਕੱਲੇ ਕੈਪਟਨ ਅਮਰਿੰਦਰ ਸਿੰਘ ਤੱਕ ਸੀਮਤ ਨਹੀਂ ਰਹੇ ਉਸ ਤੋਂ ਅੱਗੇ ਵੀ ਵਧੇ ਨੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਹੈ ਵੀ ਮਹਾਰਾਣੀ ਪਰਨੀਤ ਕੌਰ ਜਿਹੜੀ ਹੈ ਉਹਨੂੰ ਨੈਤਿਕਤਾ ਦੇਖ ਕੇ ਉਹਨੂੰ ਖੁਦ ਆਪਣੇ ਆਪ ਹੀ ਕਾਂਗਰਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਉਹਨਾਂ ਨੂੰ ਕਾਂਗਰਸ ਵਿੱਚ ਰਹਿਣ ਦਾ ਕੋਈ ਹੱਕ ਨਹੀਂਗਾ ਉਹ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਵੀ ਆਉਣ ਵਾਲੇ ਸਮੇਂ ਚ ਭਾਵੇਂ 2024 ਦੇ ਇਲੈਕਸ਼ਨ ਚ ਪੰਜਾ ਪਟਿਆਲੇ ਤੋਂ ਕਾਂਗਰਸ ਦਾ ਉਮੀਦਵਾਰ ਕੋਈ ਨਵਾਂ ਹੋਊਗਾ ਉਹਨਾਂ ਦਾ ਅਰਥ ਹੈ ਵੀ ਹੁਣ ਪ੍ਰਨੀਤ ਕੌਰ ਦਾ ਜੋਗ ਜਿਹੜਾ ਖਤਮ ਹੋ ਗਿਆ ਉਹ ਨਾਲ ਦੀ ਨਾਲ ਜਿਹੜਾ ਵੱਡੀ ਉਹਨਾਂ ਨੇ ਇਹ ਕੀ ਕਹਿ ਸਕਦੀ ਹੈ ਟਿੱਪਣੀ ਕੀਤੀ ਹੈ ਕੈਪਟਨ ਪਰਿਵਾਰ ਦੇ ਉੱਪਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਮੋਤੀ ਮਹਿਲ ਜਿਹਨੂੰ ਬਹੁਤ ਵੱਡੇ ਪੱਧਰ ਤੇ ਦੇਖਿਆ ਜਾਂਦਾ ਸੀ ਜਿਹੜਾ ਕਿਹਾ ਜਾਂਦਾ ਸੀ ਵੀ ਮੋਤੀ ਮਹਿਲ ਬੜਾ ਤਾਕਤ ਵਾਰਿਆ ਔਰ ਮੋਤੀ ਮਹਿਲ ਚ ਜਾਣ ਲਈ ਵੀ ਲੋਕ ਜਿਹੜੇ ਆਪਣਾ ਪ੍ਰਾਊਡ ਫੀਲ ਕਰਦੇ ਸੀ ਵੀ ਇਹੀ ਅੱਜ ਮੋਤੀ ਮਹਿਲ ਜਾ ਕੇ ਆਏ ਆ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹੁਣ ਮੋਤੀ ਮਹਿਲ ਦਾ ਕੋਈ ਵਜੂਦ ਨਹੀਂ ਰਿਹਾ ਕਾਂਗਰਸ ਤੋਂ ਬਿਨਾ ਮੋਤੀ ਮਹਿਲ ਦਾ ਕੋਈ ਵਜੂਦ ਨਹੀਂ ਹੈ ਸਾਫ਼ ਕਹੀ ਤਾਂ ਇਹ ਗੱਲ ਕਹੀ ਹਾਂ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਵੀ ਭਾਵੇਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਿਆ ਤੁਸੀਂ ਆਪਣੀ ਲੋਕ ਕਾਂਗਰਸ ਬਣਾ ਲਈ ਹੈ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਕਰ ਲਿਆ ਪਰ ਮੋਤੀ ਮਹਿਲ ਦਾ ਜੋ ਵਜਬਾ ਸੀ ਮੋਤੀ ਮਹਿਲ ਦਾ ਜੋ ਵੱਡਾ ਇੱਕ ਚਿਹਰਾ ਸੀ ਉਹ ਕਾਂਗਰਸ ਕਰਕੇ ਸੀ ਇਸ ਕਰਕੇ ਹੁਣ ਇਹ ਵजूद ਮੋਤੀ ਮਹਿਲ ਦਾ ਰਹੀ ਨਹੀਂ ਰਿਹਾ ਉਹਨਾਂ ਨੇ ਪਟਿਆਲੇ ਜਾ ਕੇ ਸਾਰੀਆਂ ਗੱਲਾਂ ਕਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਜਾ ਕੇ ਕਹੀਆਂ ਨੇ ਔਰ ਉੱਤੇ ਜਾ ਕੇ ਗੱਲਾਂ ਕਹਿਣ ਦਾ ਅਰਥ ਕੀ ਹੈ ਸ਼ਾਇਦ ਇਹ ਵੀ ਹੋ ਸਕਦਾ ਵੀ ਹਾਈ ਕਮਾਂਡ ਵੱਲੋਂ ਕਿਹਾ ਹੋਵੇ ਵੀ ਉੱਤੇ ਜਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਕੋਈ ਵੱਡੇ ਪੱਧਰ ਤੇ ਬਿਆਨ ਦਿੱਤੇ ਜਾਣ ਕਿਉਂਕਿ ਦੂਸਰੇ ਪਾਸੇ ਦਿੱਲੀ ਚ ਜਿਹੜੀ ਕੱਲ੍ਹ ਹੀ ਵਰਕਿੰਗ ਕਮੇਟੀ ਦੀ ਕਾਂਗਰਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਕੀਤਾ ਵੀ 17 ਅਕਤੂਬਰ ਨੂੰ ਨਵੇਂ ਕਾਂਗਰਸ ਦੇ ਪ੍ਰਧਾਨ ਦੇ ਚੋਣ ਕੀਤੀ ਜਾਊਗੀ ਇੱਕ ਇੱਕ ਪਾਸੇ ਗੁਲਾਮ ਨਬੀ ਆਜ਼ਾਦ ਜਿਹੜੇ ਨੇ ਉਹ ਬਾਗੀ ਹੋਏ ਫਿਰਦੇ ਨੇ ਉਹਨਾਂ ਨੇ ਬਾਏ ਬਾਏ ਕਹਿਤਾ ਪਾਰਟੀ ਨੂੰ ਦੂਸਰੇ ਪਾਸੇ ਹਿਮਾਚਲ ਤੋਂ ਆਨੰਦ ਸ਼ਰਮਾ ਜਿਹੜੇ ਨੇ ਉਹਨਾਂ ਨੇ ਜਿਹੜੀ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਵਰਕਿੰਗ ਕਮੇਟੀ ਨੇ ਉਹਦੇ ਉੱਪਰ ਸਵਾਲ ਚੱਕ ਦਿੱਤੇ ਨੇ ਵਰਾ ਇੱਥੋਂ ਤਾਂ ਕਹਿ ਦਿੱਤਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਵੀ ਪ੍ਰਧਾਨ ਦੀ ਚੋਣ ਲਈ ਕਿਹੜੇ ਡੈਲੀਗੇਟ ਜਿਹੜੇ ਨੇ ਉਹ ਚੁਣੇ ਨੇ ਸਿਲੈਕਟ ਕੀਤੇ ਨੇ ਜਿਨ੍ਹਾਂ ਨੇ ਪ੍ਰਧਾਨ ਦੀ ਚੋਣ ਕੀਤੀ ਔਰ ਡੈਲੀਗੇਟਾਂ ਦੀ ਸੂਚੀ ਵੀ ਜਨਤਕ ਕਰਨ ਲਈ ਕਿਹਾ ਸੋ ਲੱਗਦਾ ਇਹ ਵੀ ਸ਼ਾਇਦ ਦਿੱਲੀ ਤੋਂ ਮੈਸੇਜ ਆਇਆ ਹੋਵੇ ਵੀ ਬਾਜਵਾ ਸਾਹਿਬ ਉੱਥੇ ਜਾ ਕੇ ਥੋੜਾ ਕੈਪਟਨ ਨੂੰ ਖੜਕਾਓ ਕੈਪਟਨ ਦੇ ਬਾਰੇ ਬੋਲੋ ਔਰ ਇਹ ਗੱਲ ਕਹੋ ਭਗਵੰਤ ਮਾਨ ਨੂੰ ਵੀ ਜੇ ਤੈਨੂੰ ਇਹ ਹੋਰ ਮੰਤਰੀ ਜਿਹੜੇ ਨੇ ਉਹ ਕਰਪਟ ਲੱਗਦੇ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਇੱਕ ਹੈ ਕਿ ਅੰਦਰ ਘਾਰਿਆ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਪਾਰਟੀ ਦੇ ਸਰਕਾਰ ਦੇ ਮੁਖੀ ਸੀ ਤੇ ਫਿਰ ਸਭ ਤੋਂ ਵੱਡਾ ਕਰਪਟ ਤੇ ਉਹ ਆ ਫਿਰ ਉਹਨੂੰ ਹੱਤ ਕਿਉਂ ਨਹੀਂ ਪਾਇਆ ਜਾਂਦਾ ਸ਼ਾਇਦ ਇੱਕ ਰਣਨੀਤੀ ਤਹਿਤ ਇਹ ਸਾਰਾ ਕੁਝ ਕੀਤਾ ਜਾਂਦਾ ਤੇ ਲੋਜਨ ਦੀ ਇੱਕ ਦਿਨ ਦਾ ਮੈਂ ਸਵਾਲ ਵੀ ਜੋੜਨਾ ਚਾਹੂੰਗਾ ਕਿ ਇਸ ਲਹਿਰ ਦੇ ਵਿੱਚ ਇੱਕ ਬੰਦਾ ਸਵਾਲ ਕਿਉਂਕਿ ਲੋਕਾਂ ਦੇ ਜ਼ਹਿਨ ਦੇ ਵਿੱਚ ਵੀ ਹੈ ਕਿ ਇਸ ਵਕਤ ਇਹ ਸਵਾਲ ਕਿ ਇਹ ਵੀ ਹੈ ਕਿ ਸਿੱਧਾ ਭਾਜਪਾ ਦੇ ਉੱਪਰ ਨਿਸ਼ਾਨਾ ਸਾਧਿਆ ਕਿ ਜਿਹੜੇ ਇੱਥੋਂ ਕਰਪਸ਼ਨ ਕੀਤੀ ਸੀਗੀ ਜਿਹੜੇ ਭਾਜਪਾ ਚਲੇ ਗਏ ਇਹ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਰਣਨੀਤੀ ਘੜੀ ਸੀਗੀ ਉਸ ਤੋਂ ਬਾਅਦ ਸਾਫ ਦਾ 4-5 ਮੰਤਰੀ ਚਲੇ ਗਏ ਕਈ ਵਿਧਾਇਕ ਚਲੇ ਗਏ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਨਾਲ ਨੇ ਤੇ ਇਸ ਕਰਕੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਅਗਰ ਤੁਹਾਡੇ ਵਿੱਚ ਜ਼ੋਰਤ ਹੈ ਦਮ ਹੈ ਤਾਂ ਮੋਤੀ ਮਹਿਲ ਦਾ ਦਰਵਾਜ਼ਾ ਖੜਕਾ ਕੇ ਦਿਖਾਓ ਬਿਲਕੁਲ ਤੁਸੀਂ ਤਾਂ ਪੰਜ ਪੁਆਇੰਟ ਤੇ ਆ ਗਏ ਇਹ ਜਿਵੇਂ ਮੈਂ ਪਹਿਲਾਂ ਕਿਹਾ ਹੈ ਵੀ ਇੱਕ ਰਣਨੀਤੀ ਤਹਿਤ ਕੈਪਟਨ ਅਮਰਿੰਦਰ ਸਿੰਘ ਤੇ ਅਟੈਕ ਕੀਤਾ ਲੱਗਦਾ ਇੱਕ ਤੇ ਅਟੈਕ ਕਰਨ ਦਾ ਕਾਰਨ ਇਹ ਵੀ ਹੋ ਸਕਦਾ ਹੈ ਵੀ ਭਾਰਤੀ ਜਨਤਾ ਪਾਰਟੀ ਨੂੰ ਦੱਸਿਆ ਜਾਵੇ ਵੀ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਪਰ ਭਗਵੰਤ ਸਿੰਘ ਮਾਨ ਹਿੰਮਤ ਨਹੀਂ ਦਿਖਾ ਰਹੇ ਉਹਨਾਂ ਨੂੰ ਹੱਥ ਪਾਉਣ ਦੀ ਉਹ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਬਿਲਕੁਲ ਇਹ ਵੀ ਇੱਕ ਨੁਕਤਾ ਹੋ ਸਕਦਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਬੜੇ ਘਾਗ ਸਿਆਸਤਦਾਨ ਨੇ ਉਹਨਾਂ ਨੂੰ ਸਿਆਸਤ ਕਰਨੀ ਆਉਂਦੀ ਹੈ ਉਹਨਾਂ ਦੇ ਸ਼ਬਦ ਬੜੇ ਕਮਾਲ ਦੇ ਹੁੰਦੇ ਨੇ ਮੌਕੇ ਮੁਤਾਬਕ ਉਹ ਸ਼ਬਦਾਂ ਦੀ ਵਰਤੋਂ ਕਰਦੇ ਨੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਾਂ ਕੈਪਟਨ ਦੇ ਇਸ਼ਾਰੇ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਨੇ ਸਾਬਕਾ ਮੰਤਰੀ ਉਹਨਾਂ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਹੋ ਸਕਦੇ ਨੇ ਉਹਨਾਂ ਵਿੱਚ ਸਾਬਕਾ ਉਦਯੋਗ ਮੰਤਰੀ ਜਿਹੜੇ ਸੁੰਦਰ ਸ਼ਾਮ ਅਰੋੜਾ ਹੋ ਸਕਦੇ ਨੇ ਉਹਨਾਂ ਵਿੱਚ ਰਾਣਾ ਗਰਮੀਤ ਸੋਢੀ ਹੋ ਸਕਦੇ ਨੇ ਬਿਲਕੁਲ ਰਾਜਕੁਮਾਰ ਵੀਰ ਕੌ ਕੇ ਕਈ ਹੋਰ ਨਾਮ ਇਹਦੇ ਵਿੱਚ ਬਿਲਕੁਲ ਜਿਹੜੇ ਹੋ ਗਏ ਨੇ ਇਹ ਵੀ ਕਹਿ ਦਾ ਅਰਥ ਹੋ ਸਕਦਾ ਆ ਪ੍ਰਤਾਪ ਬਾਜਵੇ ਹੋਣਾ ਦਾ ਵੀ ਹੁਣ ਉਹਨਾਂ ਦੀਆਂ ਫਾਈਲਾਂ ਵੀ ਖੋਲੀਆਂ ਜਾਣ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਮੰਤਰੀਆਂ ਦੇ ਵਿਭਾਗਾਂ ਕੁਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੀ ਗੱਲ ਚੱਲਦੀ ਸੀ ਸੋ ਇਹ ਲੱਗਦਾ ਵੀ ਪ੍ਰਤਾਪ ਬਾਜਵੇ ਹੋਣਾ ਨੇ ਇਹ ਸ਼ਬਦ ਕਹੇ ਕਿ ਤਿੰਨ ਤੀ ਤਿੰਨਾਂ ਦੇ ਤੀਰ ਚਲਾਏ ਨੇ ਇੱਕ ਤੇ ਭਗਵੰਤ ਮਾਨ ਨੂੰ ਵੰਗਾਰ ਦਿੱਤਾ ਇੱਕ ਕੈਪਟਨ ਅਮਰਿੰਦਰ ਸਿੰਘ ਤੇ ਸਿਆਸੀ ਹਮਲਾ ਕਰ ਦਿੱਤਾ ਔਰ ਤੀਸਰਾ ਜਿਹੜੇ ਕਾਂਗਰਸ ਨੂੰ ਛੱਡ ਕੇ ਜਿਹੜੇ ਕਾਂਗਰਸ ਸਰਕਾਰ ਚ ਵੱਡੇ ਵੱਡੇ ਆਉਨੇ ਲੈ ਕੇ ਬੈਠੇ ਸੀ ਮੰਤਰੀਸ਼ਿਪ ਦੇ ਜਿਨ੍ਹਾਂ ਨੇ ਨਜ਼ਾਰੇ ਲੁਤਫ ਲੈੇ ਸੀ ਜਿਹੜੇ ਹੁਣ ਭਾਰਤੀ ਜਨਤਾ ਪਾਰਟੀ ਚ ਚਲ ਗਏ ਨੇ ਸ਼ਾਇਦ ਉਹਨਾਂ ਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਭਾਵੇਂ ਤੁਸੀਂ ਬੀਜੇਪੀ ਚ ਚਲ ਗਏ ਫਾਈਲਾਂ ਤੁਹਾਡੀਆਂ ਭਗਵੰਤਮਾਨ ਹੁਣ ਵੀ ਖੋਲ ਸਕਦੇ ਆ ਕਿ ਕਹਿ ਸਕਦੇ ਆ ਕਿ ਦੁਕਤੀ ਰੱਖਦੇ ਉੱਪਰ ਜਿਹੜਾ ਉਹ ਹੱਥ ਰੱਖਣ ਦੀ ਜਿਹੜੀ ਹੈ ਕਿ ਨਬਜ ਟਟੋਲਣ ਦਾ ਜਿਹੜਾ ਉਹ ਕੰਮ ਕੀਤਾ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਹਿਲੇ ਬੋਲੇ ਸੀਗੇ ਕਿ ਤੁਸੀਂ ਬੇਅਦਬੀ ਜਿਹੜੀਆਂ ਹੋਈਆਂ ਸੀਗੀਆਂ ਬਰਗਾੜੀ ਕੋਟਕਪੂਰਾ ਉotra ਤੁਸੀਂ ਕਹਿੰਦੇ ਸੀ ਸਾਨੂੰ ਥੋੜਾ ਜਿਹਾ ਟਾਈਮ ਦਿਓ ਇਸ ਤਾਂ 20 25 ਦਿਨਾਂ ਦੇ ਵਿੱਚ ਸਲਾਖਾ ਪਿੱਛੇ ਪਹੁੰਚਾ ਦਾਂਗੇ ਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜਾ ਉਹ ਤਲਬ ਹੋਣਾ ਤੇ ਇਹਦੇ ਨਾਲ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਵੇਂ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਸ਼ਾਇਦ ਕਾਂਗਰਸ ਪਾਰਟੀ ਨੂੰ ਇਸ ਵਕਤ ਲੱਗ ਰਿਹਾ ਹੈ ਕਿ ਅਸੀਂ ਇਧਰਲੇ ਪਾਸੇ ਜਾਈਏ ਕਿਉਂਕਿ ਇਸੇ ਪਾਸੇ ਨਾਲ ਹੀ ਅਸੀਂ ਸੱਤਾ ਤੋਂ ਬਾਹਰ ਹੋਏ ਸੀਗੇ ਤੇ ਹੁਣ ਲੋਕਾਂ ਨੂੰ ਯਾਦ ਕਰਵਾਈਏ ਇਹ ਬਿਲਕੁਲ ਜਿਵੇਂ ਆਪਾਂ ਜ਼ਿਕਰ ਕਰ ਰਹੇ ਆਂ ਬੀ ਭਗਵੰਤ ਸਿੰਘ ਮਾਨ ਨੂੰ ਵੀ ਘੇਰਨ ਦਾ ਇੱਕ ਯਤਨ ਕੀਤਾ ਲੱਗਦਾ ਪ੍ਰਤਾਪ ਸਿੰਘ ਬਾਜਵਾ ਨੇ ਔਰ ਪੰਜਾਬ ਦੇ ਲੋਕਾਂ ਨੂੰ ਇਹ ਦਰਸ਼ਨ ਦਾ ਯਤਨ ਕੀਤਾ ਹੈ ਵੀ ਭਗਵੰਤ ਸਿੰਘ ਮਾਨ ਜਿਹੜੇ ਕਾਂਗਰਸ ਦੀ ਇਹ ਸਰਕਾਰ ਚ ਮੰਤਰੀ ਸੀ ਜਿਹੜੇ ਅੱਜ ਵੀ ਕਾਂਗਰਸ ਵਿੱਚ ਹੈ ਉਹਨਾਂ ਉੱਪਰ ਤੇ ਭਗਵੰਤ ਸਿੰਘ ਮਾਨ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਵਿਜੀਲੈਂਸ ਦੇ ਰਾਹੀਂ ਪਰ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਚ ਚੱਲ ਗਏ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਛਤਰੀ ਹੇਠ ਬੈਠੇ ਨੇ ਉਹਨਾਂ ਵੱਲ ਭਗਵੰਤ ਸਿੰਘ ਮਾਨ ਜਿਹੜੇ ਨਿਗਾਹ ਨਹੀਂ ਮਾਰੇ ਪਰ ਤਪੰਦੀਏ ਦੇ ਨਾਲ ਦੀ ਨਾਲ ਜਿਹੜਾ ਹੋਰ ਜੇ ਕਾਂਗਰਸ ਚ ਥੋੜਾ ਜਿਆ ਅੱਗੇ ਵਧੀਏ ਜਿਵੇਂ ਆਪਾਂ ਪਹਿਲਾਂ ਜ਼ਿਕਰ ਵੀ ਕਰ ਚੁੱਕੇ ਆ ਬੇ ਸੁਖਪਾਲ ਸਿੰਘ ਖਹਿਰਾ ਜਿਹੜੇ ਵਿਧਾਇਕ ਨੇ ਪੰਜਾਬ ਕਾਂਗਰਸ ਦੇ ਉਹਨਾਂ ਨੇ ਰਾਜਾ ਵੜਿੰਗ ਤੇ ਅਟੈਕ ਕੀਤਾ ਵੀ ਤੁਸੀਂ ਰਾਜਾ ਵੜਿੰਗ ਜੀ ਕਿਹੜੇ ਪਾਸੇ ਚੱਲ ਪਏ ਜੇ ਤੁਸੀਂ ਕੁਝ ਮੰਤਰੀਆਂ ਦੀ ਹਮਾਇਤ ਲਈ ਸਾਰੀ એનર્ਜੀ ਵੇਸਟ ਕਰ ਰਹੇ ਜੇ ਤੁਹਾਨੂੰ ਪਾਣੀਆਂ ਦੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਆ ਬੇਜ਼ਬੀ ਦੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਕਿਸਾਨਾਂ ਦੀ ਖੁਦਕਸ਼ੀਆਂ ਦੇ ਮੁੱਦੇ ਤੇ ਤੁਹਾਨੂੰ ਆਉਣਾ ਚਾਹੀਦਾ ਪਰ ਨਵੀਂ ਗੱਲ ਜਿਹੜੀ ਇਹ ਆ ਗਈ ਹੈ ਵੀ ਹਰੀਸ਼ ਚੌਧਰੀ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਮੁੱਦੇ ਤੇ ਸੁਪਾਲ ਸਿੰਘ ਕਹਿਰਾ ਕਹਿਰਾ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਉਹ ਜਵਾਬ ਤਲਬੀ ਕੀਤੀ ਹੈ ਬੀ ਤੁਸੀਂ ਟਵੀਟ ਕਰਕੇ ਜਨਤਕ ਤੌਰ ਤੇ মিডিਏ ਵਿੱਚ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਉੱਪਰ ਜਿਹੜੀ ਟਿੱਪਣੀ ਕੀਤੀ ਦੱਸਿਆ ਜਾਵੇ ਵੀ ਇਹ ਟਿੱਪਣੀ ਤੁਸੀਂ ਪਾਰਟੀ ਦੇ ਪਲੇਟਫਾਰਮ ਦੀ ਥਾਂ ਤੇ ਜਨਤਕ ਤੌਰ ਤੇ ਕਿਉਂ ਕੀਤੀ ਹੈ ਸੋ ਇਹ ਵੀ ਅਗਲੀ ਕੜੀ ਹੈ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਨਹੀਂਗਾ ਔਰ ਇੱਕ ਦੂਸਰੇ ਨਾਲ ਹਾਲੇ ਵੀ ਭਾਵੇਂ ਉਹ ਇਹ ਵਿਜੀਲੈਂਸ ਦੀ ਸ਼ਕੰਜੇ ਚ ਆਏ ਪਏ ਨੇ ਭਾਵੇਂ ਵਿੱਤ ਭਗਵੰਤ ਸਿੰਘ ਮਾਨ ਦੀ ਜਿਹੜੀ ਬਹੁਤ ਤਾਕਤਵਰ ਪਾਰਟੀ 92 ਵਿਧਾਇਕਾਂ ਵਾਲੀ ਸਰਕਾਰ ਹੈ ਉਹਦੇ ਕਰਕੇ ਖੁੰਝੇ ਲੱਗੇ ਨੇ ਪਰ ਇਹਦੇ باوجود ਪਾਰਟੀ ਵਿੱਚ ਕਿਤੇ ਨਾ ਕਿਤੇ ਰੌਲਾ ਗੋਲਾ ਜਿਹੜਾ ਨਿਰੰਤਰ ਚੱਲ ਰਿਹਾ ਹੈ ਕੀ ਲੱਗਦਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿ ਭਗਵੰਤ ਮਾਨ ਦੀ ਕੀ ਪਤਾ ਕੋਈ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਹੋਵੇ ਕਿ ਪਹਿਲੇ ਅਸੀਂ ਇਹਨਾਂ ਲੋਕਾਂ ਨੂੰ ਸਲਾਖਾ ਪਿੱਛੇ ਸੁੱਟਾਂਗੇ ਫੇਰ ਅਸੀਂ ਦੂਸਰੇ ਪਾਸੇ ਜਾਵਾਂਗੇ ਕਿਉਂਕਿ ਅਗਰ ਦੇਖਿਆ ਜਾਏ ਨਿਰੰਤਰ ਭਗਵੰਤ ਸਿੰਘ ਮਾਨ ਜਿਹੜੇ ਐਕਸ਼ਨ ਮੋਡ 'ਚ ਨੇ ਤੇ ਲਗਾਤਾਰ ਕਾਰਵਾਈ ਕਰਦੇ ਪਏ ਨੇ ਦੇਖੋ ਕੋਈ ਸ਼ੱਕ ਨਹੀਂ ਵੀ ਇਸ ਵੇਲੇ ਸਾਬਕਾ ਮੰਤਰੀ ਖਾਸ ਕਰਕੇ ਜਿਨ੍ਹਾਂ ਚੋਂ 4-5 ਖਾਸ ਕਰਕੇ ਜਿਹੜੇ ਨੇ ਉਹਨਾਂ ਦੀ ਨੀਂਦ ਹਰਾਮ ਹੋਈ ਪਈ ਹੈ ਕਿਉਂਕਿ ਭਗਵੰਤ ਸਿੰਘ ਮਾਨ ਕਿਸੇ ਨਾ ਕਿਸੇ ਰੂਪ ਵਿੱਚ ਇਹ ਕਹਿੰਦੇ ਆ ਰਹੇ ਨੇ ਵੀ ਮੈਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਮੈਂ ਉਹਨਾਂ ਨੂੰ ਨੰਗਿਆਂ ਕਰਨਾ ਹੈ ਉਹ ਬਾਰ-ਬਾਰ ਕਹਿੰਦੇ ਆ ਰਹੇ ਨੇ ਔਰ ਤਪਨ ਜੀ ਸਭ ਤੋਂ ਵੱਡਾ ਜੇ ਪੰਜਾਬ ਵਿੱਚ ਮਜ਼ਬੂਤ ਹੋਣ ਦਾ ਆਮ ਆदमी ਪਾਰਟੀ ਦੀ ਸਰਕਾਰ ਦਾ ਅਜੰਡਾ ਹੈ ਤੇ ਵੱਡਾ ਅਜੰਡਾ ਇਹੀ ਹੈ ਵੀ ਜਿੰਨੇ ਭ੍ਰਿਸ਼ਟਾਚਾਰੀ ਭਗਵੰਤ ਸਿੰਘ ਮਾਨ ਵੀ ਇਹ ਮਹਿਸੂਸ ਕਰਦੇ ਨੇ ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਦੀ ਕੈਬਨਿਟ ਵੀ ਇਹ ਮਹਿਸੂਸ ਕਰਦੀ ਹੈ ਔਰ ਅਰਵਿੰਦ ਕੇਜਰੀਵਾਲ ਦਾ ਵੀ ਇਹ ਅਜੰਡਾ ਹੈ ਬੀ ਜਦੋਂ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਸਾਫ ਕਾ ਮੰਤਰੀ ਉਹ ਅਕਾਲੀ ਹੋ ਸਕਦੇ ਨੇ ਉਹ ਕਾਂਗਰਸ ਹੋ ਸਕਦੇ ਨੇ ਜਦੋਂ ਉਹਨਾਂ ਦੇ ਕੱਚੇ ਚਿੱਠੇ ਪੰਜਾਬ ਦੇ ਲੋਕਾਂ ਅੱਗੇ ਰੱਖਾਂਗੇ ਜਦੋਂ ਵਿਜੀਲੈਂਸ ਰਾਈ ਉਹਨਾਂ ਨੂੰ ਹਵਾਲਾ ਤਾਂ ਜੇਲਾਂ ਵਿੱਚ ਬੰਦ ਕਰਾਂਗੇ ਤੇ ਪੰਜਾਬ ਦੇ ਲੋਕ ਕਹਿਣਗੇ ਵੀ ਬੜੀ ਇਮਾਨਦਾਰ ਸਰਕਾਰ ਆ ਗਈ ਹੈ ਕਿਉਂਕਿ ਭਗਵੰਤ ਮਾਨ ਹੋਣਾ ਨੇ ਵਿਰੋਧੀ ਤੇ ਬੜਾ ਕੁਝ ਕਹਿੰਦੇ ਨੇ ਵੀ ਇਹ ਰਣਨੀਤੀ ਤਾਂ ਕੀਤਾ ਜਿਹੜੀ ਸ਼ੁਰੂਆਤ ਕੀਤੀ ਸੀ ਆਪਣੇ ਸਿਹਤ ਮੰਤਰੀ ਵਿਜੇ ਸਿੰਘਲਾ ਤੋਂ ਕੀਤੀ ਸੀ ਇੱਕ ਮਿੰਟ ਚ ਕੈਬਨਟ ਚੋਂ ਬਰਖਾਸਤ ਕਰ ਦਿੱਤਾ ਇੱਕ ਮਿੰਟ ਚ ਉਹਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਉਹ ਕਈ ਦਿਨ ਜੇਲ੍ਹ ਰਹਿਣ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਇਆ ਸੋ ਇਹ 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 ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਵੀ ਇੱਕ ਵੱਡਾ ਏਜੰਡਾ ਦੇਖੋ ਜਿੰਨੇ ਮਰਜ਼ੀ ਵਾਅਦੇ ਕੀਤੇ ਹੋਣ ਆਮ ਆਮ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਇੱਕ ਇੱਕ ਹਜ਼ਾਰ ਮਹਿਲਾਵਾਂ ਨੂੰ ਹਰ ਮਹੀਨੇ ਦਵਾਂਗੇ 600 ਯੂਨਟ ਭਾਵੇਂ ਮਾਫ ਕਰਨ ਵਾਲੀ ਗੱਲ ਕਰ ਰਹੇ ਨੇ ਇਸੇ ਤਰ੍ਹਾਂ ਇਹ ਕਿਹਾ ਸੀ ਵੀ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਦਵਾਂਗੇ ਹੋਰ ਵੱਡੇ ਵਾਅਦੇ ਕੀਤੇ ਸੀ ਪਰ ਤਪੰਜੀ ਉਹ ਵਾਅਦੇ ਪੂਰੇ ਕਿਵੇਂ ਹੋਣੇ ਨੇ ਮਲਾਜਮਾਂ ਦੇ ਬਹੁਤ ਵੱਡੇ ਵਾਅਦੇ ਸੀ 12000 12000 ਕਰੋੜ ਰੁਪਿਆ ਦਾ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਆ ਮਲਾਜਮਾਂ ਦਾ ਪੈਨਸ਼ਨਾਂ ਦਾ ਉਹ ਦੇ ਦਾਂਗੇ ਕੱਚੇ ਮਲਾਜਮ ਤੁਰੰਤ ਰੈਗੂਲਰ ਕਰ ਦਵਾਂਗੇ ਜਿਹੜੇ ਰੈਗੂਲਰ ਭਰਤੀ ਕਰਾਂਗੇ ਉਹਨਾਂ ਨੂੰ ਪੂਰੀਆਂ ਤਨਖਾਹਾਂ 'ਚ ਭਰਤੀ ਕਰਾਂਗੇ ਪਰ 3 ਸਾਲ ਪਿਛਲੀ ਸਰਕਾਰ ਵਾਂਗ ਇਹ ਵੀ ਬੇਸਿਕ ਪੇ ਦੇ ਰਹੇ ਨੇ ਪਰ ਇਹ ਸਾਰੇ ਤੋਂ ਇਲਾਵਾ ਜਿਹੜਾ ਸੌਖਾ ਢੰਗ ਹੈ ਫਿੰਗ ਲੱਗੇ ਦਾ ਫਟਕੜੀ ਜਿਹਨੂੰ ਕਿਹਾ ਜਾਂਦਾ ਬਿਲਕੁਲ ਤੁਸੀਂ ਉਹ ਬਹੁਤ ਵਧੀਆ ਸ਼ਬਦ ਵਰਤੇ ਆ ਕਿ ਨਿਤ ਦਿਨ ਕੋਈ ਨਾ ਕੋਈ ਘਪਲਾ ਬਾਹਰ ਲਿਆਂਦਾ ਜਾਵੇ ਔਰ ਪੰਜਾਬ ਦੇ ਲੋਕ ਘੱਟੋ-ਘੱਟ ਇਹ ਮਹਿਸੂਸ ਜ਼ਰੂਰ ਕਰਨ ਵੀ ਯਾਰ ਸਾਨੂੰ ਤੇ 60 ਸਾਲਾਂ ਬਾਅਦ 70 ਸਾਲਾਂ ਬਾਅਦ ਇਮਾਨਦਾਰ ਸਰਕਾਰ ਮਿਲੀ ਕਿਉਂਕਿ ਪਿਛਲੀਆਂ ਸਰਕਾਰਾਂ ਭਾਵੇਂ ਉਹਨਾਂ ਨੇ ਕਰਪਸ਼ਨ ਕੀਤੀ ਹੈ ਭਾਵੇਂ ਉਹ ਬੇਈਮਾਨ ਸੀ ਜਾਂ ਨਹੀਂ ਪਰ ਪੰਜਾਬ ਦੇ ਲੋਕਾਂ ਵਿੱਚ ਇਹ ਚਰਚਾ ਵੀ ਯਾਰ ਪਿਛਲੀਆਂ ਸਰਕਾਰਾਂ ਨੇ ਤੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਤੇ ਸਾਢੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਪਿਛਲੀਆਂ ਸਰਕਾਰਾਂ ਕਾਰਨ ਪੰਜਾਬ ਚ ਬੇਜ਼ਗਾਰੀ ਵਧ ਗਈ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਦਾ ਸਾਰਾ ਜੂਥ ਵਿਦੇਸ਼ ਜਾਣ ਲਈ ਕਾਲਾ ਪਿਆ ਕਈ ਕੁਛ ਡਰਗ ਦੇ ਮੁੱਦੇ ਨੇ ਸੋ ਇਹਨਾਂ ਸਾਰਿਆਂ ਵਿੱਚੋਂ ਤੁਸੀਂ ਆਮ ਮਹਿਸੂਸ ਕਰੋ ਤਾਂ ਜਿਵੇਂ ਜਦੋਂ ਭਗਵੰਤ ਸਿੰਘ ਮਾਨ ਦੇ ਦਫ਼ਤਰੋਂ ਇਹ ਪ੍ਰੈਸ ਨੋਟ ਆਉਂਦਾ ਜਾਂ ਇਹ ਖਬਰ ਆਉਂਦੀ ਹੈ ਵੀਡੀਓ ਆਉਂਦੀ ਹੈ ਵੀ ਫਲਾਣਾ ਸਾਬਕਾ ਮੰਤਰੀ ਜਿਹੜਾ ਉਹਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਫਲਾਣੇ ਕਪਲੇ ਕੀਤੇ ਨੇ ਜਿਹੜੇ ਪੰਜਾਬ ਦੇ ਸੰਜੀਦਾ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਪੰਜਾਬ ਦੀ ਸੋਚਦੇ ਨੇ ਜਾਂ ਜਿਨ੍ਹਾਂ ਨੂੰ ਚਿੰਤਾ ਹੈ ਉਹਨਾਂ ਨੂੰ ਰਾਹਤ ਤੇ ਮਿਲਦੀ ਹੈ ਸੋ ਇਹ ਇੱਕ ਬੈਨੀਫਿਟ ਜਿਹੜਾ ਇੱਕ ਲਾਭ ਜਿਹੜਾ ਆ ਉਹ ਭਗਵੰਤ ਸਰਕਾਰ ਨੂੰ ਜਿਹੜਾ ਮਿਲਦਾ ਤੇ ਲੋਜਨ ਜੀ ਕੱਲ ਵੀ ਇੱਕ ਕਹਿਆ ਜਾ ਸਕਦਾ ਕਿ ਕਾਫੀ ਵੱਡਾ ਦਿਨ ਆ ਪੰਜਾਬ ਦੀ ਸਿਆਸਤ ਦਾ ਸੁਖਵੀਰ ਸਿੰਘ ਬਾਦਲ ਨੂੰ ਐਸਆਈਟੀ ਵੱਲੋਂ ਤਲਬ ਕੀਤਾ ਹੋਇਆ ਤੁਹਾਨੂੰ ਲੱਗਦਾ ਕਿ ਇਹ ਇਹ ਵੀ ਇੱਕ ਉਸੇ ਤਰ੍ਹਾਂ ਦਾ ਹੀ ਕੇਸ ਹੈ ਬਿਲਕੁਲ ਠੀਕ ਕਹਿ ਰਹੇ ਜੀ ਕਿਉਂਕਿ ਇਹਦੇ ਵਿੱਚ ਵੈਸੇ ਦੇਖੋ ਭਗਵੰਤ ਸਿੰਘ ਮਾਨ ਦੀ ਸਰਕਾਰ ਫਸ ਰਹੀ ਸੀ ਕਿਉਂਕਿ ਜਦੋਂ ਨਾ ਕੋਈ ਵੀ ਪਾਰਟੀ ਹੋ ਆਮ ਆਦਮੀ ਪਾਰਟੀ ਨੇ ਅਕਾਲੀ ਕਾਂਗਰਸੀ ਭਾਜਪਾ ਵਾਲੇ ਜਦੋਂ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਨੇ ਫਿਰ ਉਹ ਸੋਚਦੇ ਨੇ ਕਿ ਕਿਹੜਾ ਇੰਨਾ ਵੱਡਾ ਵਾਅਦਾ ਕੀਤਾ ਜਾਵੇ ਇਨਾ ਵੱਡਾ ਵਾਅਦਾ ਕੀਤਾ ਜਾਵੇ ਵੀ ਨਾਲ ਦੇ ਜਿਹੜੀਆਂ ਦੂਸਰੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤੇ ਪੂਰੀ ਤਰ੍ਹਾਂ ਪਛਾੜ ਦਿੱਤਾ ਜਾਵੇ। ਸੋ ਇੱਕ ਵਾਅਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਹੋਣਾ, ਭਗਵੰਤ ਮਾਨ ਹੋਣਾ ਆਮ ਆਦਮੀ ਪਾਰਟੀ ਨੇ ਵੀ ਜਿਹੜੇ ਬੇਰਬੀ ਕਾਂਡ ਵਾਲੇ ਨੇ, ਜਿਹੜੇ ਬਹਿਬਲ ਕਲਾਂ ਤੇ ਕੋੜ ਪੂਰਾ ਗੋਲੀ ਕਾਂਡ ਵਾਲੇ ਦੋਸ਼ੀ ਨੇ, ਮੁੱਖ ਦੋਸ਼ੀ ਨੇ ਉਹ ਤੇ ਸਾਨੂੰ ਸਾਫ਼ ਨਜ਼ਰ ਆ ਰਹੇ ਨੇ। ਉਹ ਤੇ ਪੰਜਾਬ ਦੀਆਂ ਕੰਧਾਂ ਤੇ ਉਹਨਾਂ ਦਾ ਨਾਮ ਲਿਖਿਆ ਹੈ। ਪਰ ਕਾਂਗਰਸੀ ਜਿਹੜੇ ਅਕਾਲੀਆਂ ਨਾਲ ਰਲ ਗਏ ਨੇ ਇਸ ਕਰਕੇ ਉਹਨਾਂ ਨੂੰ ਬਚਾਰੇ ਔਰ ਵਾਦਾ ਕੀਤਾ ਸੀ ਵੀ ਜੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਤੇ 24 ਘੰਟਿਆਂ ਵਿੱਚ ਉਹਨਾਂ ਨੂੰ ਕਟਹਿਰੇ 'ਚ ਖੜਾ ਕਰ ਦਾਂਗੇ ਪਰ 24 ਘੰਟਿਆਂ 'ਚ ਤਾਂ ਕਰ ਨਹੀਂ ਸਕੇ ਕਿਉਂਕਿ ਜਦੋਂ ਜਦੋਂ ਕੁਰਸੀ ਤੇ ਬੈਠਦਾ ਕੋਈ ਬੰਦਾ ਜਦੋਂ ਜ਼ਿੰਮੇਵਾਰੀ ਬੰਦੀ ਹੈ ਤਾਂ ਪੰਜੀ ਤੇ ਫਿਰ ਉਹਨੂੰ ਕਾਨੂੰਨ ਯਾਦ ਆ ਜਾਂਦੇ ਨੇ ਫਿਰ ਉਹ ਉਹ ਨਿਆਂ ਪ੍ਰਕਿਰਿਆ ਯਾਦ ਆ ਜਾਂਦੀ ਹੈ ਸੋ ਉਸੇ ਕੜੀ ਤਹਿਤ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ 30 ਤਰੀਕ ਨੂੰ ਤਲਬ ਕੀਤਾ ਕੋਟਪੂਰਾ ਗੋਲੀकांड ਦੇ ਮਾਮਲੇ ਵਿੱਚ ਸਿੱਟ ਨੇ ਪੁਛਪੜਤਾਲ ਕਰਨ ਲਈ ਕੀਤਾ ਸੋ ਉਹ ਵੀ ਇੱਕ ਕਹਿ ਸਕਦੇ ਵੀ ਜਿਵੇਂ ਇੱਕ ਕਰਪਸ਼ਨ ਵਿਰੋਧ ਮਹਿੰਮ ਚਲਾਈ ਹੈ ਉਹਦੀ ਉਸੇ ਮੂਹਮ ਦਾ ਇੱਕ ਸੱਟਾ ਵੀ ਜਿਹੜਾ ਇੱਕ ਵਾਦਾ ਆਪਣਾ ਪੰਜਾਬ ਦੇ ਲੋਕਾਂ ਨਾਲ ਲਈ ਇਹ ਮਜਬੂਰੀ ਬਣੀ ਹੈ ਕਿ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੁਖਵੀਰ ਸਿੰਘ ਬਾਦਲ ਨੂੰ ਸੱਦਣਾ ਸੀ ਕਿਉਂਕਿ ਕੁਵਰ ਵਿਜੇ ਪ੍ਰਤਾਪ ਦਾ ਮੈਂ ਨਾਮ ਲਾਉਂਗਾ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਬਹੁਤ ਵੱਡਾ ਬਿਆਨ ਦਿੱਤਾ ਸੀ ਜਦੋਂ ਤਲਬ ਕੀਤਾ ਉਸ ਤੋਂ ਇੱਕ ਦਿਨ ਪਹਿਲਾਂ ਇਹ ਉਹਨਾਂ ਨੇ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਿਉਂ ਭੇਜਣ ਦੀ ਲੋੜ ਹੈ ਜਾਂ ਇਸ ਤੋਂ ਪਹਿਲੇ ਇਦਾਂ ਦੇ ਬਿਆਨ ਆਉਂਦੇ ਪਏ ਸੀਗੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਕਿਉਂ ਨਹੀਂ ਸੁਟਿਆ ਜਾ ਰਹਾ ਇੰਨਾ ਸਮਾਂ ਕਿਉਂ ਲਾਇਆ ਜਾ ਰਿਹਾ ਦੇਖੋ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਵਾਲੀ ਸੱਟ ਸੀ ਉਹਨੇ ਆਪਣੀ ਰਿਪੋਰਟ ਜਦੋਂ ਹਾਈ ਕੋਰਟ ਚ ਪੇਸ਼ ਕੀਤੀ ਤੇ ਉਹਨੂੰ ਰਿਜੈਕਟ ਕਰ ਦਿੱਤਾ ਉਹਦੇ ਤੇ ਬਹੁਤ ਵੱਡੀਆਂ ਟਿੱਪਣੀਆਂ ਵੀ ਕੀਤੀਆਂ ਨਿੱਜੀ ਤੌਰ ਤੇ ਕਮਰ ਉਹਨਾਂ ਤੇ ਟਿੱਪਣੀਆਂ ਹਾਈ ਕੋਰਟ ਵੱਲੋਂ ਕੀਤੀਆਂ ਔਰ ਇਹ ਗੱਲ ਕਈ ਪੰਜਾਬ ਸਰਕਾਰ ਨੂੰ ਵੀ ਨਵੀਂ ਸੱਟ ਬਣਾ ਕੇ ਤੇ ਇਹ ਇਹਦੀ ਪ੍ਰਕਿਰਿਆ ਚਲਾ ਕੇ ਤੇ ਰਿਪੋਰਟ ਸਬਮਿਟ ਕੀਤੀ ਜਾਵੇ ਪਿਛਲੀ ਸੱਟ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਤੁਹਾਨੂੰ ਯਾਦ ਹੋਊਗਾ ਕਈ ਘੰਟੇ ਪੁਸ਼ਪੜਤਾਲ ਕੀਤੀ ਸੀ ਇਸ ਮੁੱਦੇ ਬਾਰੇ ਔਰ ਜਦੋਂ ਹੁਣ ਨਵੀਂ ਸੱਟ ਬਣ ਗਈ ਤੇ ਨਵੀਂ ਸੱਟ ਨੇ ਵੀ ਉਹੀ ਪ੍ਰਕਿਰਿਆ ਚਲਾਉਣੀ ਸੀ ਜਿਹਦੇ ਵਿੱਚ ਜਿਹੜੇ-ਜਿਹੜੇ ਲੋਕਾਂ ਦੇ ਨਾਂ ਆ ਰਹੇ ਸੀ ਪਹਿਲਾਂ ਵੀ ਬਹੁਤ ਤਲਬ ਕੀਤੇ ਨੇ ਇਹ ਸੱਟ ਜਿਹੜੀ ਨਵੀਂ ਐ ਤੇ ਹੁਣ ਉਸੇ ਕੜੀ 'ਚ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆ ਉਹ ਸੰਮਨ ਕੀਤਾ ਗਿਆ 30 ਅਗਸਤ ਨੂੰ ਜਿਹਦੇ ਤਹਿਤ ਬੁਲਾਇਆ ਜਾਊਗਾ ਸੱਟ ਉਹਨਾਂ ਦੀ ਪੁਸ਼ਪੜਤਾਲ ਕਰੂਗੀ ਪਰ ਇੱਕ ਗੱਲ ਬਹੁਤ ਕਲੀਅਰ ਐ ਵੀ ਪ੍ਰੈਸ਼ਰ ਬਹੁਤ ਸੀ ਭਗਵੰਤ ਮਾਨ ਦੀ ਸਰਕਾਰ ਉੱਪਰ ਵੀ ਬੇਦਬੀ ਕਾਂਡ ਤੇ ਗੋਲੀ ਕਾਂਡ ਦੇ ਮੁੱਦੇ ਉੱਪਰ ਸਰਕਾਰ ਚੁੱਪ ਹੋ ਗਈ ਐ ਜਿਵੇਂ ਪਿਛਲੀ ਕਾਂਗਰਸ ਸਰਕਾਰ ਚੁੱਪ ਸੀ ਸੋ ਉਸੇ ਕੜੀ ਨੂੰ ਅੱਗੇ ਵਧਾਉਂਦਿਆਂ ਜਸਟ ਹਲੇ ਸੰਮਨ ਕੀਤਾ ਹੈ ਸੰਮਨ ਕਰਕੇ ਪੁਸ਼ਪੜਤਾਲ ਕਰੇਗੀ ਸਟ ਉਸ ਤੋਂ ਬਾਅਦ ਸਟ ਆਪਣਾ ਆਪਣੀ ਇੰਨੀ ਦੇਰ ਤੇ ਸੁਰਖੀਆਂ ਬਣੀਆਂ ਰਹਿਣਗੀਆਂ ਕਿ ਅਸੀਂ ਕਾਰਵਾਈ ਕਰਦੇ ਪਏ ਆ ਬਿਲਕੁਲ ਬਿਲਕੁਲ ਸੁਰਖੀਆਂ ਤੇ ਜਦੋਂ ਦਾ ਸੰਮਨ ਆਇਆ ਆ 5 6 ਦਿਨ ਹੋ ਗਏ ਆ ਡੇਲੀ ਸੁਰਖੀਆਂ ਬਣ ਰਹੀਆਂ ਨੇ ਡੇਲੀ ਸੁਰਖੀਆਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਕਰੀਆ ਅਕਾਲੀ ਦਲ ਕਰੀ ਹੈ ਉਧਰੋਂ ਕਾਂਗਰਸ ਕਰੇ ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਕੋਈ ਕਲੇਮ ਕਰ ਰਿਹਾ ਵੀ ਇਹ ਬਹੁਤ ਵੱਡਾ ਕੰਮ ਕੀਤਾ ਸੋ ਇਹ ਵੀ ਕਹਿ ਸਕਦੇ ਆਂ ਵੀ ਜਿਹੜੀ ਇੱਕ ਦੇਖੋ ਇੱਕ ਵਾਦਾ ਕੀਤਾ ਸੀ ਆ ਆ ਮਾਨ ਸਰਕਾਰ ਨੇ ਵੀ ਅਸੀਂ ਬੇਦਬੀ ਕਾਂਡ ਤੇ ਨਹੀਂ ਐ ਤੇ ਗੋਲੀ ਕਾਂਡ ਚ ਬੁਲਾਇਆ ਵੀ ਗੋਲੀ ਕਾਂਡ ਦੇ ਦੋਸ਼ੀ ਜਿਹੜੇ ਮੁੱਖ ਨੇ ਉਹਨਾਂ ਨੂੰ ਕਟਾਰੇ ਚ ਲਿਆਵਾਂਗੇ ਸੋ ਦੇ ਤਹਿਤ ਜਿਹੜਾ ਸੁਖਬੀਰ ਬਾਦਲ ਉਹਨਾਂ ਨੂੰ 30 ਅਗਸਤ ਨੂੰ ਬੁਲਾਏ ਕਹਿ ਸਕਦੇ ਆਂ ਵੀ ਉਹ ਵੀ ਉਸੇ ਕੜੀ ਦਾ ਇੱਕ ਹਿੱਸਾ ਪਰ ਮੁੱਖ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਤੇ ਰੇਡ ਕਰਨ ਦਾ ਭਗਵੰਤ ਸਿੰਘ ਮਾਨ ਨੂੰ ਕਿਹਾ ਵੀ ਜੇ ਹਿੰਮਤ ਹੈ ਤੇ ਉਹਦੇ ਮੋਤੀ ਮਹਿਲ ਤੇ ਵਿਜੀਲੈਂਸ ਆਪਣੀ ਭੇਜੋ ਉਹਦੇ ਵੀ ਅਰਥੇ ਹੀ ਨਿਕਲਦੇ ਨੇ ਵੀ ਪ੍ਰਤਾਪ ਬਾਜਵਾ ਹੋਣਾ ਨੇ ਸ਼ਾਇਦ ਇਹ ਗੱਲ ਕਹਿਣ ਦਾ ਯਤਨ ਕੀਤਾ ਹੈ ਵੀ ਕੈਪਟਨ ਅਮਰਿੰਦਰ ਸਿੰਘ ਵੱਡਾ ਬੰਦਾ ਤੇ ਭਗਵੰਤ ਮਾਨ ਕਿਤੇ ਪੈਰ ਪਿੱਛੇ ਖਿਸਕਾਰੇ ਨੇ ਉਹਨਾਂ ਤੇ ਐਕਸ਼ਨ ਨਹੀਂ ਲੈ ਰਹੇ ਨਾਲ ਦੀ ਨਾਲ ਜਿਹੜੇ ਭਾਜਪਾ ਚ ਕਾਂਗਰਸੀ ਮੰਤਰੀ ਚਲ ਗਏ ਨੇ ਇਹ ਕਹਿਣ ਦਾ ਅਰਥ ਇਹ ਲੱਗਦਾ ਬਾਜਵਾ ਹੋਣਾ ਦਾ ਵੀ ਜਿਹੜੇ ਬੀਜੇਪੀ ਚ ਚਲ ਗਏ ਨੇ ਕਿਉਂਕਿ ਬਹੁਤ ਸਟਰੋਂਗ ਹੈ ਬੀਜੇਪੀ ਦੀ ਸਰਕਾਰ ਦਿੱਲੀ ਚ ਨਰਿੰਦਰ ਮੋਦੀ ਹੋਣਾ ਦੀ ਸ਼ਾਇਦ ਇਸ ਕਰਕੇ ਵੰਗਾ ਰਿਆ ਵੀ ਭਗਵੰਤ ਮਾਨ ਜੀ ਉਹਨਾਂ ਤੇ ਵੀ ਕਿਤੇ ਤੁਸੀਂ ਰੇਡ ਕਰਕੇ ਦਿਖਾਓ ਫਿਰ ਮੰਨਾਂਗੇ ਵੀ ਤੁਸੀਂ ਸੱਚੀ ਮੁੱਚੀ ਸਹੀ ਮੈਣਿਆਂ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਮੁਹਿੰਮ ਚਲਾਈ ਹੈ